ਇਹੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਪੁੱਲ ਹੈਗਾ ਮਾਨ ਸਾਹਿਬ ਅੱਜ ਉਦਘਾਟਨ ਕਰਕੇ ਗਏ ਨੇ, ਇਹ ਸਾਰੀ ਦੇਣ ਇੰਪਰੂਵਮੈਂਟ ਟਰੱਸਟ ਦੀ ਹੈਗੀ ਹੈ। ਇੰਪਰੂਵਮੈਂਟ ਟਰੱਸਟ ਦੇ ਵਿੱਚ ਅਜੇ ਸੀਟ ਸੰਭਾਲਣ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਤੋਹਫਾ ਦੇ ਤਾ ਸਾਨੂੰ, ਔਰ ਇੱਥੇ ਇੰਨੀ ਕੁ ਮੁਸ਼ਕਲ ਆ ਰਹੀ ਅਸੀਂ ਲੋਕਾਂ ਦੀ ਹੈ ਕਿ ਇੱਕ 2 ਕਿਲੋ ਸਬਜ਼ੀ ਲੈ ਜਾਣਾ ਹੁੰਦਾ ਸੀ, ਗੋਭੀ ਵੀ ਲੈ ਜਾਣਾ ਹੁੰਦਾ ਸੀ, ਅਤੇ 2-2 ਘੰਟੇ ਸਾਨੂੰ ਬੜੇ ਇੰਤਜ਼ਾਰ ਕਰਨਾ ਪੈਂਦਾ ਸੀ, ਜਿਸ ਤੋਂ ਸਾਨੂੰ ਅੱਜ ਨਜਾਤ ਮਿਲੀ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਸਾਡੀ ਇੰਪਰੂਵਮੈਂਟ ਟਰੱਸਟ ਜਿਹੜੀ ਹੈਗੀ ਹੈ, ਸਾਡੇ ਹੋਰ ਵੀ ਜਿੰਨੇ ਕੰਮ ਰਹਿੰਦੇ ਆ ਪੈਂਡਿੰਗ ਕੰਮ ਹੈ, ਔਰ ਸ਼ਹਿਰ ਦੀ ਜਿੰਨੀ